ਜੋਤ ਸਿੰਘ ਸਿੱਧੂ ਇੱਕ ਮਿਸਗਾਈਡਡ ਮਿਸਾਈਲ ਹੈ ਜਿਹਦਾ ਕੋਈ ਕੰਟਰੋਲ ਨਹੀਂ ਹੈ। ਕਿਤੇ ਮਰਜ਼ੀ ਡਾਇਰੈਕਸ਼ਨ 'ਚ ਹੋ ਸਕਦੀ ਹੈ, ਕਿਤੇ ਮਰਜ਼ੀ ਵੱਜ ਸਕਦੀ ਹੈ, ਆਪਣੇ 'ਤੇ ਹੀ ਵੱਜ ਸਕਦੀ ਉਹਦੇ। ਤੁਸੀਂ ਇੱਕ ਗੱਲ ਦੱਸੋ, ਅੱਜ ਤੱਕ ਜੇ ਤੁਸੀਂ ਉਹਦਾ 20-25 ਸਾਲ ਦਾ ਇਤਿਹਾਸ ਦੇਖੋ, ਕਿਸੇ ਨਾਲ ਨਹੀਂ ਬਣੀ ਉਹਦੀ। ਜੇ ਕ੍ਰਿਕਟ ਸੀ, ਕ੍ਰਿਕਟ 'ਚ ਵੀ ਲੜ ਕੇ ਭੱਜ ਕੇ ਆਇਆ ਸੀ, BJP 'ਚ ਆਇਆ ਸੀ, ਜਿਹਨੂੰ ਆਪਣਾ ਮਾਈ ਬਾਪ ਕਹਿੰਦਾ ਸੀ ਉਹਨਾਂ ਨੂੰ ਚੋਰ ਕਹਿਣ ਲੱਗ ਗਿਆ, ਫਿਰ ਕਾਂਗਰਸ ਚਲੇ ਗਿਆ, ਫਿਰ ਜਿੱਥੇ ਤੁਸੀਂ ਉਹਦੀ ਨਾ 5-6-10 ਡਾਇਲੋਗ ਰੱਟੇ ਹੈ, ਉਹ ਡਾਇਲੋਗ ਨੂੰ ਹਰ ਜਗ੍ਹਾ 'ਚ ਵਰਤਦਾ। ਉਹ ਇਹਨੂੰ ਸੋਨੀਆ ਗਾਂਧੀ ਨੂੰ ਖੁਸ਼ ਕਰ ਲੈਂਦਾ, ਉਹਦੇ ਨਾਲ ਮਤਲਬ ਮੋਦੀ ਸਾਹਿਬ ਨੂੰ ਪਹਿਲੇ ਖੁਸ਼ ਕੀਤਾ ਸੀ। ਤਾਂ ਇਸ ਕਰਕੇ ਐਜ ਆ ਮਿਸਗਾਈਡਡ ਬੰਦਾ ਜਿਹਨੂੰ ਇਕੱਲਾ ਸੋਚਦਾ ਕਿ ਮੈਂ ਭਾਸ਼ਣ ਐਂ ਐਕਟਿੰਗ ਕਰਕੇ, ਅੱਜ ਪੰਜਾਬ ਨੂੰ ਐਂ ਐਕਟਿੰਗ ਲਾਉਣੀ ਚਾਹੀਦਾ, ਪੰਜਾਬ ਨੂੰ ਇੱਕ ਸੋਬਰ ਬੰਦਾ ਚਾਹੀਦਾ ਜਿਹੜਾ ਪੰਜਾਬ ਦੀ ਅਗਵਾਈ ਕਰ ਸਕੇ, ਪੰਜਾਬ ਨੂੰ ਅੱਗੇ ਲਿਜਾ ਸਕੇ, ਪੰਜਾਬ ਦੀ ਡਿਵੈਲਪਮੈਂਟ ਸੋਚ ਸਕੇ। ਇਕੱਲੇ ਡਰਾਮਿਆਂ ਨਾਲ ਨਹੀਂ ਹੋਣਾ ਪੰਜਾਬ ਬਚਣਾ। ਤੁਸੀਂ ਦੇਖਿਆ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਰਾਜ 5-10 ਸਾਲ ਸੀ, ਤੁਸੀਂ ਅੰਮ੍ਰਿਤਸਰ ਮੈਂ ਬੈਠਾ, ਗੁਰੂ ਦੀ ਨਗਰੀ ਬੈਠਾ, ਕੋਈ ਪ੍ਰੈਸ ਵਾਲਾ ਨਹੀਂ ਦੱਸ ਸਕਦਾ ਕਿ ਪਿਛਲੇ 4 ਸਾਲਾਂ 'ਚ 1 ਇੱਟ ਲੱਗੀ ਹੋਏ। ਜਿਹੜੀਆਂ ਮੈਨੂੰ ਦੁੱਖ ਹੁੰਦਾ ਜਦੋਂ ਮੈਂ ਡਰਾਈਵ ਕਰਦਾ, ਜਿਹੜੇ ਬੂਟੇ ਲਾਏ ਸੀ ਉਹ ਮੱਚ ਗਏ ਹੈ, ਜਿਹੜੀਆਂ ਸੜਕਾਂ ਬਣਾਈਆਂ ਸੀ ਜਿਹੜੇ ਮੈਂ ਕੁਝ ਚੀਜ਼ਾਂ ਸਾਰੇ ਤੁਸੀਂ ਦੇਖੋ ਟੁੱਟੇ ਪਏ ਆ। ਤਾਂ ਇਸ ਕਰਕੇ ਜਿਵੇਂ ਆਹ ਹੈਰੀਟੇਜ ਸਟਰੀਟ ਹੈ, ਕਿੰਨੀ ਵਧੀਆ ਬਣਾਈ ਸੀ, ਅਤੇ ਹੁਣ ਜਿਵੇਂ ਲਾਵਾਰਸ ਜੀ ਫਿਰਦੀ ਹੈ। ਇਸ ਕਰਕੇ ਆਪਾਂ ਨੂੰ ਅਗਵਾਈ ਚਾਹੀਦੀ ਹੈ ਲੀਡਰਸ਼ਿਪ ਦੀ, ਜਿਹੜੀ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੇ। ਹੁਣ ਬਹੁਤ ਸਾਲ ਆਪਾਂ ਬਰਬਾਦ ਕਰ ਲਏ ਪਿਛਲੇ ਭਾਸ਼ਣਾਂ ਨਾਲ। ਸ਼੍ਰੋਮਣੀ ਅਕਾਲੀ ਦਲ ਦੱਸੋ, ਹਾਂਜੀ ਮੈਡਮ, ਮੈਂ ਮੈਡਮ ਉਹੀ ਕਿਹਾ ਆਈ ਮੈਂ ਕਹਿ ਰਿਹਾ, ਜਿਹੜੇ ਰੁੱਖ ਲਾਏ ਸੀ ਉਹ ਮੱਚ ਗਏ, ਜਿਹੜੇ ਪਾਣੀ ਦਾ ਜਾਂ ਕੋਈ ਸਫਾਈ ਦਾ ਇੰਤਜ਼ਾਮ ਸੀ, ਕੁਛ ਵੀ ਨਹੀਂ, ਕੋਈ ਵੀ ਹੈ, ਕਿਸੇ ਇੰਤਜ਼ਾਮ ਹੀ ਨਹੀਂ ਕੀਤਾ 4 ਸਾਲ। ਜਦੋਂ ਸਾਨੂੰ ਤਾਂ 1 ਸਾਲ 'ਚ ਅਸੀਂ ਵਧੀਆ ਬਣਾਤੀ ਸੀ, ਲੋਕ ਇੰਜੋਏ ਕਰਦੇ ਸੀ। ਹੁਣ ਦੇਖੋ, ਮੈਂ ਦੇਖਿਆ ਟਾਈਲਾਂ ਟੁੱਟੀ ਜਾਂਦੀਆਂ, ਮੇਨਟੇਨੈਂਸ ਹੈ ਨਹੀਂ। ਜਿਹੜਾ ਅਸੀਂ ਕ੍ਰੀਏਟ ਕੀਤਾ ਸੀ ਇੱਕ ਐਕਟ ਬਣਾ ਕੇ, ਇਹਨੂੰ ਇੱਕ ਫੰਡ ਅਲੋਟ ਕੀਤਾ ਸੀ, ਉਹ ਫੰਡ ਬੰਦ ਕਰ ਦਿੱਤਾ। ਜਿਹੜੀ ਕੰਪਨੀ ਹਾਇਰ ਕੀਤੀ ਸੀ ਜਿਹੜੀ ਮੇਨਟੇਨ ਕਰੂਗੀ, ਉਹ ਬੰਦ ਕਰ ਦਿੱਤੀ। ਅਤੇ ਮੈਂ ਇਹ ਕਹਿੰਦਾ ਕੈਪਟ, ਜਿੰਨੇ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਗੱਲ ਪਤਾ ਹੈਗੀ, ਜਿੰਨੇ ਵੀ ਪੇ ਕਮਿਸ਼ਨ ਜਦੋਂ ਦਾ ਪੰਜਾਬ ਬਣਿਆ, ਸਾਰੇ ਪੇ ਕਮਿਸ਼ਨ ਲਾਗੂ ਵੀ ਬਾਦਲ ਸਾਹਿਬ ਨੇ ਕੀਤੇ ਅਤੇ ਮਨਜ਼ੂਰ ਵੀ ਬਾਦਲ ਸਾਹਿਬ ਨੇ ਕੀਤੇ, ਸਾਰੇ ਜਿੰਨੇ ਵੀ ਅੱਜ ਤੱਕ ਇੱਕ ਆਹ ਵੀ ਪੇ ਕਮਿਸ਼ਨ ਜਿਹੜਾ ਕੀਤਾ, ਜੋ ਇਹਦੇ 'ਚ ਕਮੀਆਂ ਹੈ, ਮੈਂ ਇਹਨਾਂ ਨੂੰ ਪੁੱਛਣਾ ਕਹਿਣਾ ਚਾਹੁੰਦਾ, ਇਹਨਾਂ ਨੂੰ ਕੈਪਟਨ ਨੇ ਕੁਛ ਨਹੀਂ ਕਰਨਾ, ਅਸੀਂ ਆ ਕੇ ਜੋ ਇਹਨਾਂ ਦੀ ਕਮੀਆਂ ਹੈ ਪੇ ਕਮਿਸ਼ਨ ਅਸੀਂ ਦੂਰ ਕਰਾਂਗੇ, ਜਿਵੇਂ ਬਾਦਲ ਸਾਹਿਬ ਨੇ 5th ਪੇ ਕਮਿਸ਼ਨ 'ਚ ਕੀਤੀਆਂ ਸੀ। ਕੌਣ ਕਹਿੰਦਾ? ਕੇਜਰੀਵਾਲ ਨੂੰ ਕਹੋ, ਉਹਦੀ ਸਾਂਝਗੰਢ ਕਿਹੜੀ ਕੰਪਨੀਆਂ ਨਾਲ? ਦਿੱਲੀ ਬਿਜਲੀ, ਡੋਮੈਸਟਿਕ ਬਿਜਲੀ ਦਾ ਰੇਟ ਆਪਣੇ ਨਾਲੋਂ ਜ਼ਿਆਦਾ ਹੈ, ਇੰਡਸਟਰੀ ਦਾ ਰੇਟ ਆਪਣੇ ਨਾਲੋਂ ਜ਼ਿਆਦਾ ਹੈ। ਅਤੇ ਸਸਤੀ, ਜੇ ਦਿੱਲੀ ਸਸਤੀ ਕਰਦੇ ਪਹਿਲੇ, ਤਾਂ ਫਿਰ ਗੱਲ ਕਰੇ ਪੰਜਾਬ ਦੀ ਨਾ। ਦਿੱਲੀ 200 ਯੂਨਿਟ ਤੁਸੀਂ ਮਾਫ਼ ਕੀਤੇ ਹੈ, ਪਰ 200 ਤੋਂ 1 ਯੂਨਿਟ, 200 ਤਾਂ ਤੁਸੀਂ ਇੱਕ AC ਲਾ ਲਓ, ਇੱਕ ਪੱਖਾ ਲਾ ਲਓ, 200 ਤੋਂ ਵੱਧ ਟੱਪ ਜਾਣਗੇ, ਅਤੇ ਫਿਰ 200 ਦੇ ਵੀ ਦੇਣੇ ਪੈਂਦੇ ਆ ਪਾਣੀ। ਉਹ ਦੱਸਿਆ ਕੀ ਹੈ, ਕੇਜਰੀਵਾਲ ਇੱਕ ਬਹੁਤ ਵੱਡਾ ਫਰੋਡ ਹੈ, ਉਹ ਕਹਿੰਦਾ ਕੁਛ ਹੈ, ਲੁਕਾਉਂਦਾ ਜ਼ਿਆਦਾ ਕੁਛ ਹੈ, ਉੱਤੇ ਗੱਲ ਕੁਛ ਹੋਊਗੀ, ਅਸਲੀਅਤ ਥੱਲੇ ਕੋਈ ਹੋਊਗੀ। ਉਹਨੇ ਕਿਉਂ ਨਹੀਂ ਕਿਹਾ ਕਿ ਮੈਂ ਜੇ 300 ਤੋਂ ਉੱਤੇ ਹੋਣਗੇ ਤਾਂ ਸਾਰਾ ਦੇਣਾ ਪਊਗਾ? ਇਕੱਲਾ ਆ ਕੇ ਕਹਿਤਾ, ਜਦੋਂ ਪੁੱਛਿਆ ਪ੍ਰੈਸ ਨੇ, ਫਿਰ ਫਸ ਗਿਆ। ਜੇ ਦਿਲ ਸਾਫ਼ ਹੁੰਦਾ ਉਹਦਾ, ਕਹਿੰਦਾ ਕਿ 300 ਤੱਕ ਹੈ, ਪਰ 300 ਦੇ 1 ਹੋਊਗਾ, ਫਿਰ ਸਾਨੂੰ ਸਾਰਾ ਦੇਣਾ ਪਊਗਾ, ਕਿਉਂ ਨਹੀਂ ਕਹਿੰਦਾ? ਹਾਂਜੀ, ਉਹਨੂੰ ਪਤਾ ਹੀ ਨਹੀਂ, ਉਹਨੂੰ ਕੋਲ ਪਤਾ ਕਰਕੇ ਜਾ, ਮੈਂ ਤੁਹਾਨੂੰ ਦਿਖਾਊਂਗਾ ਟਿਊਬਵੈਲ, ਮੈਂ ਤੁਹਾਨੂੰ ਅੱਜ ਦੇ ਦਿਨ ਕਿਸੇ ਜਾਊਂਗਾ, ਕਿਸਾਨਾਂ ਨੂੰ ਬਿਜਲੀ ਦਾ ਬਿੱਲ, ਉੱਥੇ ਟਿਊਬਵੈਲਾਂ ਦੇ ਬਿੱਲ, ਮੈਨੂੰ ਲੱਗਦਾ ਪਤਾ ਕਿੰਨੇ ਹਜ਼ਾਰ ਰੁਪਇਆ ਇੱਕ ਟਿਊਬਵੈਲ ਮਗਰ ਦੇਣਾ ਪੈਂਦਾ। ਪੈਟਰੋਲ ਡੀਜ਼ਲ ਦੇ ਰੇਟ ਬਹੁਤ ਵੱਧ ਰਹੇ ਪੰਜਾਬ 'ਚ, ਪਹਿਲੀ ਵਾਰ 100 ਰੁਪਏ ਤੋਂ ਪਾਰ ਹੋ ਗਿਆ ਪੈਟਰੋਲ। ਮੈਂ ਉਹੀ ਕਹਿਣਾ ਚਾਹੁੰਦਾ ਕਿ ਸੈਂਟਰ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ 'ਤੇ ਹੁਣ ਪੈਸਾ ਨਹੀਂ ਕਮਾਉਣਾ ਚਾਹੀਦਾ। ਜੇ ਚਾਹੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਘੱਟ ਤੋਂ ਘੱਟ 30 ਰੁਪਏ ਘੱਟ ਸਕਦਾ, ਘੱਟ ਤੋਂ ਘੱਟ
हुण की हो रहा, मैं रिकॉर्ड देख रही, पंजाब सरकार ने पिछले 8-9 महीनों के अंदर 1,000 करोड़ रुपया वध कमा लिया आ बिजली दे अपने पेट्रोल ते डीजल रेट करके। क्यों नहीं 500 घटाउंदे? उवें ही सेंटर सरकार लगी है। हुण तां उन्होंने सोचा कि लोग बोलते नहीं तो वधाई चलो तो असी हुण पैसा खजाना भरी चलो। असी स्ट्रोंगली कंडेम करदा, मैं जदों सानूं न्यूज़ पई, मैं मनजिंदर सिंह सरसा साढ़े दिल्ली गुरुद्वारा प्रबंधक कमेटी के प्रधान, मैं उन्होंने इमीजिएटली भेजा डेलीगेशन से, मैं क्या सारा उत्थे जाओ, सारा स्थिति देख के आओ। तो मैं अपील भी करदा सारे गवर्नर साहब नूं, मैं टैलीफोन तो किया, मैं होम मिनिस्टर नाल भी असीं गल कर रहे हैं कि जिहड़े एज ए इंसीडेंट इस सेंस ऑफ इनसिक्योरिटी मनोरिटी कम्यूनिटी दिंदा है, एज ए इंसीडेंट नहीं होने चाहिए किसी हाल च, तो अपनी कम्यूनिटी कितने बर्दाश्त नहीं करेगी। देखो जिहड़ा एक सूबे का मुख्यमंत्री जिन्हें आके इत्थे पंजाब च जो ऐलान किया है वह पिछले 10 साल च दिल्ली च लागू किया नहीं है, फिर की लोड़ पै गई कि जिहड़ा काम जिथे उन्होंने राजपाल लोगों ने बख्शा है उत्थे नहीं करके तो इत्थे आके कानू लोगों नू लुभा रहे ने। ये बिल्कुल सही गल है कि बिल्ली थैले तो बाहर आ गई। कल जिहड़ा पंजाबियों दे उत्ते जाल बिछाउन आए सीगे झूठ दा लारा ला के, वो गुरु साहब ने आप ही जग जाहिर करता जब उन्होंने साफ कहता कि जिहड़े गरीबों नू 200 यूनिट बिजली माफ़ होंदी सी, जे 300 तो 1 यूनिट भी वध जाऊगा तो पूरे का पूरा वो 200 यूनिट जो मिलता सी वह भी जाऊगा। सो ये जिहड़े पार्टियां हैगियां, जिहड़े केजरीवाल साहब पिछले 4 साल कित्थे सीगे, नज़र आए कदे इत्थे? इन्ना वड्डा किसानां दा अंदोलन होया, उन्हां दे एमपीआं ने किसानां दे उल्ट वोट भुगताई ते वो तब नहीं बोले किसे टाइम। सो ये हुण सारे चाला चल रहे ने वोटां बटोरन वास्ते दोनों पार्टियां, इन्हां दी माई बाप कांग्रेस पार्टी ते आ आम आदमी पार्टी, इकल्ले लोगों नू झूठ मार के हुण दिल्ली विच करोना विच की हाल होया है, सारी दुनिया च थू हुई है केजरीवाल दी सरकार दी कि कल्ले ऐडा च पैसे खर्च के ते लोगों वास्ते कोई सहूलत नहीं। सो इत्थे आके झूठ मारी जांदे ने ते सोचदे कि लोग एक बार फिर गुमराह हो जाएंगे। लोग तो आ गए 2017 से जिहड़ी झूठी खा के कैप्टन साहब झूठ मार के इन्हां नू लोगों की वोटां लुट के लै गए, बहुत सचेत ने लोग। यही आम आदमी का दिखाता है कि जिहड़े अफसर के बारे माननीय हाईकोर्ट ने इन्हें सख्त शब्दों से निंदा की है कि कोई इन्हां कुंवर विजय प्रताप ने जिहड़ी जांच की जांच नाम की गल ही नहीं, लेकिन इन्हें सख्त शब्दों से निखेधी की है, तो पूरी जांच नू चक के कूड़े दे रद्दी दे टोकरे च सिटता। तो इहो जे बंदे नू जिहदे खिलाफ़ कार्रवाई करनी चाहिए है कि इन्हां लोगों के भावनावां नाल किहा खिलवाड़ किया, सरकार दा लोगों का पैसा खजल खवार किया, 4 साल ये रिपोर्ट नू लोगों नू दोषियों नू फड़न दे बजाय ये सियासी खेड खेड दे रहे। इहो जे अफसर नू तां टंगना चाहिए है ना, कांग्रेस लग रही है तो आम आदमी तो हारा के नाल स्वागत करके अपनी पार्टी से शामिल कर रहे हैं, यही इन्हों की हकीकत दर्शाता है। मैं बल्कि कहांगी कि केंद्र की सरकार हो या सूबे की सरकार हो, जे ये किसान हितैषी हैगी या लोगों की तकलीफा की हितैषी हैगी तो फिर घट तो घट पंजाब सरकार के जिन्हों के सब तो वध टैक्स ने ये अपने टैक्स नू अदा कर दें, तो जिहड़ी केंद्र की सरकार है लगातार ये बोझ थोपी जा रही है उस सरकार नो भी हुण अपने सारे गल्लां बातां छड़ के कुछ करके दिखाना चाहिए। गल है कि दिल्ली की सरकार बिल्कुल किसानों के हक च जिहड़ा उन्हां नू करना चाहिए 7 महीने तो उन्हां दी गल सार नहीं लै रही, गल नहीं सुन रही, तो इहदा उन्हां नू जरूर भुगतना पवेगा। अज जिवें बंगाल च उन्हां दी हार हुई है, अगले साल 7 सूबियां विच इलैक्शन हैगी जिहदे